ਆਵੜਿਆ ਨਾ ਛੱਡਣਾ ਉਦੋਂ ਟੂਮਾ ਲਵਾ ਲਈਏ ਤੂੰ ਅੱਛਾ ਆਹਦੇ ਪੁੱਤ ਨੂੰ ਕਹਿੰਦੀ ਟੂਮਾ ਲਵਾ ਕੇ ਤੇਨੂੰ ਕਹਦੀ ਮੀ ਤੂੰ ਜਾ ਪਿੰਡ ਨੇੜੇ ਆ ਗਿਆ ਤੇ ਤੂੰ ਟੂਮਾ ਲਵਾ ਕੇ ਤੇ ਘਰੇ ਆ ਜੀ ਆਪਣੇ ਇਸ ਤਰ੍ਹਾਂ ਕਰਕੇ ਤੇ ਦੋਵੇਂ ਉਹ ਜਣੇ ਚੱਲ ਪਏ ਤੜਕੇ ਸਦੇ ਹਾਂ ਮੂਹ ਨੇੜੇ ਕਰੋ ਚੱਲੇ ਅੱਗੇ 5-7 ਪਿੰਡ ਨੰਗੇ 11-12 ਦਾ ਟਾਈਮ ਹੋ ਗਿਆ ਧੁੱਪ ਚੜੀ ਕੋਈ ਦਰਖਤ ਦਾ ਆਸਰਾ ਵੇਖ ਕੇ ਤੇ ਬੈਠ ਕੇ ਤੇ ਸਾਹ ਲੈਣ ਲੱਗ ਗਏ ਉੱਥੇ ਹੁਣ ਆਪਦੇ ਘਰ ਵਾਲੇ ਨੂੰ ਕਹਿੰਦੀ ਐ ਵੀ ਮੈਂ ਤੇਰੀ ਸੁੱਖ ਮੰਗੀ ਐ ਉਸ ਫਕੀਰ ਤੋਂ ਰੱਬ ਦਾ ਪਿਆਰਾ ਸਮਝ ਕੇ ਈ ਕਹੀ ਯਾਰੀ ਰੱਬ ਦੇ ਬੰਦਿਆਂ ਦੇ ਮੂੰਹੋਂ ਕੋਈ ਨਿਕਲੀ ਗੱਲ ਆਪਾਂ ਕਹਦੇ ਨੇ ਵੀ ਪੂਰੀ ਹੋ ਜਾਂਦੀ ਐ ਹੋਰ ਮੈਂ ਕੋਈ ਗਲਤ ਪੈਸਾ ਨਹੀਂ ਖਰਚ ਕੀਤਾਗਾ ਕੋਈ ਗਲਤ ਕੰਮ ਨਹੀਂ ਕੀਤਾਗਾ ਅੱਗੇ ਤੇਰੀ ਮਰਜ਼ੀ ਐ ਜੀ ਉੱਥੇ ਫਿਰ ਉਹਨੂੰ ਅਹਿਸਾਸ ਹੋਇਆ ਵੀ ਮੇਰੀ ਮਾਂ 'ਚ ਗਲਤੀ ਐ ਹੂੰ ਉਹ ਕਹਿੰਦਾ ਫਿਰ ਮੈਂ ਤੈਨੂੰ ਐਂ ਕਰ ਵੀ ਮੈਂ ਤੈਨੂੰ ਨਹੀਂ ਛੱਡ ਕੇ ਜਾਂਦਾਗਾ ਕਰੋ ਤਾਂ ਮੈਂ ਆਸੀ ਛੱਡਣ ਵੀ ਤੇ ਟੂਮਾ ਵੀ ਲਵਾਉਣੀਆਂ ਸੀ ਤੇ ਚੱਲ ਫਿਰ ਆਪਾਂ ਮੁੜ ਜਾਨੇ ਕਰੇ ਉਹ ਕਹਿੰਦੀ ਨਹੀਂ ਜੇ ਆਪਾਂ ਘਰੇ ਮੁੜ ਕੇ ਕਰੇ ਨਹੀਂ ਆਪਾਂ ਨੂੰ ਮੜਨ ਦੇ ਲਾਂਗਾ ਤੈਨੂੰ ਫੇਰ ਰੱਖੂਗੀ ਇਹਨੂੰ ਛੱਡ ਕੇ ਆ ਉਹ ਕਹਿੰਦਾ ਫਿਰ ਕਰੇ ਮੈਂ ਵੀ ਨਹੀਂ ਜਾਂਦਾਗਾ ਆਪਾਂ ਦੋਵੇਂ ਕਿਤੇ ਚੱਲਦੇ ਰਹਿਨੇ ਆ ਜਦੋਂ ਅੱਗੇ ਗਏ 11 12 ਦਾ ਟਾਈਮ ਟੱਪਿਆ ਥੋੜਾ ਜਿਹਾ ਤਾਂ ਕੋਈ ਹੋਰ ਪਿੰਡ ਆਇਆ ਤੇ ਉਧਰੋਂ ਦੁਪਹਿਰਾ ਸੀ ਉਹਨੇ ਆਖਿਆ ਵੀ ਹੁਣ ਦੁਪਹਿਰਾ ਤਾਂ ਆਪਾਂ ਹੁਣ ਇਸ ਪਿੰਡ 'ਚ ਹੀ ਕਟਾਂਗੇ ਉੱਥੇ ਆਪਾਂ ਸਾਹ ਲੈ ਲਿਆ ਤੇ ਭੁੱਖ ਪੱਖ ਲੱਗੀ ਹੁਣ 11 12 ਵਜ ਗਏ ਤੇ ਰੋਟੀ ਖਾਈਏ ਕਿਤੇ ਹਾਂਜੀ ਪਿੰਡੋਂ ਬਾਹਰ ਫਿਰਨੀ ਦੇ ਉੱਤੇ ਉਹਨਾਂ ਨੇ ਕਹਿੰਦੇ ਵੀ ਇੱਥੇ ਦਰਖਤ ਸੀਗਾ ਕੋਈ ਠੜੀ ਜੀ ਬਣੀ ਸੀ ਤੇ ਬੰਦਾ ਕਹਿੰਦਾ ਵੀ ਤੂੰ ਬੈਠ ਇੱਥੇ ਤੇ ਮੈਂ ਪਿੰਡ ਚ ਰੋਟੀ ਮੰਗ ਕੇ ਲਿਆਉਣਾ ਜੀ ਉਹ ਕਹਿੰਦੀ ਮੈਂ ਇੱਥੇ ਇਕੱਲੀ ਬੈਠੂਗੀ ਇਕੱਲੀ ਬੈਠੀ ਚੰਗੀ ਲੱਗਦੀ ਐ ਤੂੰ ਬੈਠੇ ਇੱਥੇ ਤੇਰੇ ਕੋਲ ਕੋਈ ਬੰਦਾ ਆ ਕੇ ਖੜ ਜੂਗਾ ਗੱਲਬਾਤ ਕਰੂਗਾ ਤੇ ਬੁੜੀਆਂ ਬੁੜੀਆਂ ਤਾਂ ਰੋਟੀ ਲੈ ਆਉਂਦੀਆਂ ਹੁੰਦੀਆਂ ਮੈਨੂੰ ਜਾਣਦੇ ਪਿੰਡ 'ਚ ਉਹ ਬੰਦਾ ਉੱਥੇ ਬਹਿ ਗਿਆ ਤੇ ਬੁੜੀ ਪਿੰਡ ਵਿੱਚ ਚਲੀ ਗਈ ਅੱਗੇ ਕਿਸੇ ਦਾ ਬਾਰ ਖੁੱਲਾ ਸੀਗਾ ਤੇ ਕੋਈ ਜ਼ਿਮੀਂਦਾਰ ਪਰਿਵਾਰ ਸੀ ਤੇ ਉਹ ਜਿਹੜੀ ਮਾਤਾ ਸੀ ਨਾ ਜ਼ਿਮੀਂਦਾਰਾਂ ਦੇ ਉਹ ਛਾਜ ਦੇ ਨਾਲ ਪੀਣ ਕਰੀ ਜਾਂਦੀ ਸੀ ਹਾਂਜੀ ਉਹ ਜਾ ਕੇ ਕਹਿੰਦੀ ਇਹ ਭੈਣੇ ਮੈਂ ਤਾਂ ਦੋ ਰੋਟੀਆਂ ਖਾਣੀਆਂ ਸੀ ਇੱਥੇ ਤੇ ਮੇਰਾ ਬੰਦਾ ਵੀ ਨਾਲ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਰੋਟੀਆਂ ਖਾਣੀਆਂ ਤਾਂ ਜੀ ਬੈਠੋ ਤਾਂ ਰੋਟੀਆਂ ਮਿਲ ਜਾਣਗੀਆਂ ਕਹਿੰਦੇ ਨਹੀਂ ਰੋਟੀਆਂ ਤਾਂ ਮਿਲ ਜਾਣਗੀਆਂ ਤੇ ਮੈਨ ਨਹਾਉਣਾ ਵੀ ਐ ਇਹ ਉਹ ਕਹਿੰਦੀ ਨਹਾਉਣਾ ਤਾਂ ਪਾਣੀ ਮਿਲ ਜੂਗਾ ਜੀ ਉਹਨੇ ਪਾਣੀ ਦੀ ਬਾਲਟੀ ਦੇਤੀ ਤੇ ਜਦੋਂ ਬਾਟੀ ਇੱਕ ਸੁੱੱਚੇ ਪਾਣੀ ਦੀ ਕੱਢ ਕੇ ਤੇ ਉਹ ਬੱਟੀ ਦਾ ਇਸ਼ਨਾਨ ਕਰਾਇਆ ਤਾਂ ਇੱਕ ਬੁੱਕ ਹੀਰੇ ਮੋਤੀ ਪੈਦਾ ਹੋ ਗਏ ਉਤੋਂ ਇੱਕ ਬੁੱਕ ਕਿਆ ਬਾਤ ਜਗਮਗ ਜਗਮਗ ਕਰਨ ਬੱਟੀ ਭਰ ਗਈ ਜੀ ਜਦੋਂ ਇਸ਼ਨਾਨ ਕਰਕੇ ਬਾਹਰ ਆਈ ਨਾ ਤੇ ਹੀਰੇ ਜਗਮਗ ਕਰਦੇ ਤੇ ਉਹ ਵੇਂਦੀ ਐ ਬੁੜੀ ਜਿਨ੍ਹਾਂ ਦੇ ਘਰੇ ਰੋਟੀ ਖਾਣੀ ਸੀ ਵੀ ਮੇਰੇ ਕੋਲ ਤਾਂ ਦੋ ਰੋਟੀਆਂ ਦਾ ਸਵਾਲ ਕਹਿੰਦੀ ਐ ਇਹਦੇ ਕੋਲੇ ਤਾਂ ਇੰਨੇ ਪੈਸੇ ਹੀਰੇ ਮੋਤੀਆਂ ਦਾ ਕੋਈ ਅੰਤ ਹੀ ਨਹੀਂਗਾ ਵੀ ਆਪਣੇ ਘਰੇ ਤਾਂ ਕੋਈ ਲక్ష్ਮੀ ਆ ਗਈ ਜਦੋਂ ਉਹਦੇ ਵੀ ਵੇਖਣ ਲੱਗੀ ਨਾ ਤੇ ਉਹਨੇ ਬਾਟੀ ਦੇ ਵਿੱਚੋਂ ਮੁੱਠ ਭਰ ਕੇ ਤੇ ਕਹਿੰਦੀ ਲੈ ਭਾਣੇ ਵੇ ਨਹੀਂ ਕੀਆਂ ਤੂੰ ਵੀ ਲੈ ਲੈ ਥੋੜੇ ਜਿਹਾ ਹਾਂ ਇੱਕ ਮੁੱਠ ਉਹ ਨੂੰ ਦੇ ਤੇ ਹੁਣ ਉਹਨੂੰ ਵੀ ਪਤਾ ਵੀ ਇਹਨਾਂ ਦੀ ਕੀਮਤ ਤਾਂ ਕੋਈ ਹੈ ਨਹੀਂ ਚਲੋ ਰੋਟੀ ਰੱਟੀ ਬਕਾਉਣ ਲੱਗ ਗਈ ਉਹਦੇ ਘਰ ਵਾਲੇ ਦਾ ਖਰਾਸ ਜੁੜਿਆ ਸੀਗਾ ਖਰਾਸਾਂ ਦੇ ਪਹਿਲਾਂ ਆਟਾ ਪੀਂਦੇ ਹੁੰਦੇ ਸੀਗੇ ਬਲਦਾਂ ਨਾਲ ਖਰਾਸ ਜੋੜਿਆ ਸੀ ਤੇ ਉਹ ਥੋੜਾ ਜਿਹਾ ਮਤਲਬ ਲੈ ਗਿਆ ਸੀ ਕਿਰਾਂ ਕਣਕ ਥੋੜੀ ਜੀ ਵੀ ਬਾਕੀ ਤੂੰ ਪੀਣ ਕਰਕੇ ਤੇ ਲੈ ਆਈ ਤੇ ਉਹ ਜਿਹੜੀ ਕਣਕ ਸੀਗੀ ਉਹਨੇ ਪੀਤੀ ਉਹ ਹੁਣ ਡਿੱਕੀ ਜਾਂਦਾ ਵੀ ਆਈ ਨਹੀਂ ਗਈ ਹਾਂਜੀ ਤੇ ਗੁੱਸਾ ਵੀ ਉਹਨੂੰ ਆਇਆ ਬਹੁਤ ਤੇ ਉਹਨੇ ਬਲਦ ਤਾਂ ਮੜੇ ਪਾਸੇ ਕਰਕੇ ਉਥੇ ਬੰਨ ਤੇ ਤੇ ਉਹ ਪੁਰਾਣੀ ਹੁੰਦੀ ਸੀ ਪਹਿਲਾਂ ਬਲਦਾਂ ਵਾਲੀ ਬੈਂਦ ਦੇ ਉੱਤੇ ਲੱਗਿਆ ਹੁੰਦਾ ਸੀ ਨਾ ਮੂਰੇ ਚਾਂਤਾ ਚਮੜੇ ਦਾ ਲੱਗਾ ਹੁੰਦਾ ਸੀ ਹਾਂਜੀ ਉਹ ਪ੍ਰਾਣੀ ਉਹਦੇ ਹੱਥ 'ਚ ਤਤੁਰਿਆ ਆਉਂਦਾ ਤੇ ਉਹ ਬਸ ਮਨ 'ਚ ਇਹੀ ਸੋਚਦਾ ਆਉਂਦਾ ਵੀ ਜਾਨਸਾਰ ਪਹਿਲਾਂ ਦੋ ਤਿੰਨ ਧਾਰ ਹੀ ਜਾਣੀਆਂ ਨੇ ਪਰ ਜਦੋਂ ਅੱਗੇ ਗਿਆ ਤਾਂ ਕੀ ਦੇਖਦਾ ਵੀ ਉਹ ਸ਼ਾਹੂਕਾਰ ਦੀ ਨੌ ਬੈਠੀ ਸੀ ਕੀ ਵੇਖੋ ਨੇ ਅੱਧਾ ਗੁੱਸਾ ਠੰਡਾ ਹੋ ਗਿਆ ਵੀ ਘਰੇ ਕੋਈ ਪਰੌਣੇ ਆ ਗਏ ਵੀ ਤਾਂ ਤਾਂ ਹੀ ਲੇਟ ਹੋ ਗਿਆ ਹੁਣ ਉਹ ਵੇਂਦਾ ਵੀ ਆਪਣੀ ਜਾਨ-ਸ਼ਾਨ ਨਾਲ ਤਾਂ ਹੈ ਨਹੀਂ ਤੇ ਜਦੋਂ ਐ ਅੰਦਰ ਵੱੜਦਾ ਤੇ ਮਗਰੇ ਉਹਦੇ ਘਰ ਵਾਲੀ ਅੰਦਰ ਵੜ ਜਾਂਦੀ ਹੈ ਉਹਨੂੰ ਦੱਸਣ ਦੇ ਬਾਰੇ ਵੀ ਆਪਣੇ ਘਰੇ ਤਾਂ ਕੋਈ ਲਛਮੀ ਆ ਗਈ ਤੇ ਰੋਟੀ ਖਾਣੀ ਐ ਨੇ ਉਹ ਕਹਿੰਦਾ ਚਲੋ ਕੋਈ ਗੱਲ ਨਹੀਂ ਆਖੇ ਹੋਰ ਕੌਣ ਐ ਇਹਦੇ ਨਾਲ ਆਖੇ ਇਹਦੇ ਨਾਲ ਆਖੇ ਆਪਣੇ ਗਲੀ ਦੇ ਸਾਹਮਣੇ ਨਹੀਂ ਇੱਧਰ ਫਿਰਨੀ ਦੇ ਉੱਤੇ ਜਿਹੜੀ ਆਪਣੀ ਟਾਲੀ ਐ ਟਾਲੀ ਥੱਲੇ ਬੈਠਾ ਇਹਦੇ ਘਰ ਵਾਲਾ ਤੇ ਤੂੰ ਉਹਨੂੰ ਘਰੇ ਬੁਲਾ ਲਿਆ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਹੁਣ ਆਟਾ ਫੇਰ ਪੀਵਾਂਗੇ ਤੇ ਮੈਂ ਬਲਦਾਂ ਵਾਸਤੇ ਦਾਣਾ ਲੈ ਜਾਣਾ ਬਲਦਾਂ ਨੂੰ ਦਾਣਾ ਪਾਇਆ ਉਹਨਾਂ ਤੇ ਪਾਣੀ ਪੂਣੀ ਪਾਇਆ ਉਹਨਾਂ ਤੇ ਨਾਲੇ ਉਹਨੂੰ ਸੱਦ ਲਿਆਉਂਗਾ ਭਾਈ ਨੂੰ ਲਿਆਉਂਗਾ ਉਹਨੂੰ ਜਾ ਕੇ ਤੇ ਕਹਿੰਦਾ ਆ ਜਾ ਵੀ ਭਗਤਾ ਕਰੇ ਆ ਜਾ ਕਰਿਆ ਆ ਗਈ। ਪ੍ਰਸ਼ਾਦਾ ਪਾਣੀ ਛਕਾਏ। ਗੱਲਾਂ-ਬਾਤਾਂ ਕੀਤੀਆਂ। ਰਾਤ ਰੱਖਿਆ ਉਹਨਾਂ ਨੂੰ। ਜੀ। ਰਾਤ ਨੂੰ ਉਹਨੇ ਜੋ ਕਹਾਣੀ ਸੀ ਬੀਤੀ ਸਾਰੀ ਦੱਸਦੀ। ਅੱਛਾ ਜੀ। ਉਹ ਕਹਿੰਦਾ ਫਿਰ ਹੁਣ ਤੁਸੀਂ ਘਰੋਂ ਤਾਂ ਨਿਕਲੇ ਆ ਤੇ ਗਾਂਹ ਵੀ ਕਿਤੇ ਜਾਣਾ ਹੀ ਐ। ਤੇ ਫਿਰ ਕਾਹਨੂੰ ਕਿਤੇ ਜਾਣਾ ਫਿਰ ਤੁਸੀਂ ਇੱਥੇ ਰਹੋ। ਜੀ। ਪ੍ਰਸ਼ਾਦਾ ਹੀ ਛਕਣੇ ਨਾ ਛਕੀ ਜਾਓ ਤੁਸੀਂ। ਹੁਣ ਜਦੋਂ ਦੂਜੇ ਦਿਨ ਨਾਤੇ ਦਾ ਬਾਟੀ ਇੱਕ ਸੁੱਚੇ ਮੋਤੀ ਦੀ ਫੇਰ ਪੈਦਾ ਹੋਈ। ਅੱਛਾ ਜੀ। ਹੁਣ ਉਹਦੇ ਚ ਮੁੱਠ ਫੇਰ ਦੇ ਦਿਆ ਕਰਨ ਉਹਨਾਂ ਨੂੰ। ਹੁਣ ਉਹ ਘਰ ਵੀ ਮਤਲਬ ਪੂਰਾ ਗੁਜ਼ਾਰੇ ਚ ਹੋ ਗਿਆ ਚੰਗਾ ਪੈਸਾ ਹੋ ਗਿਆ ਉਹਨਾਂ ਦੇ ਕੋਲੇ ਹੀਰੇ ਮੋਤੀ ਰੋਝਦੇ ਇੱਕ ਮੁੱਠ ਹੋ ਗਿਆ ਕਰਨ ਜਦੋਂ ਮਹੀਨਾ ਸਵਾ ਮਹੀਨਾ ਰਹੇ ਨਾ ਉਹ ਜ਼ਿਮੀਦਾਰ ਕਹਿੰਦਾ ਵੀ ਹੁਣ ਆਪਣੇ ਕੋਲੇ ਪੈਸੇ ਪੂਸੇ ਹੈਗੇ ਬਹੁਤ ਤੇ ਆਪਾਂ ਕੋ ਦਾਨਪੁੰਨ ਚਲਾ ਦਈਏ ਕੰਮ ਆਊਗਾ ਆਪਣੇ ਲੰਗਰ ਲਾ ਦਈਏ ਇਹ ਜੀ ਕਹਿੰਦਾ ਵੀ ਠੀਕ ਐ ਉਹ ਜੀ ਪਿੰਡ ਦੀ ਫਿਰਨੀ ਦੇ ਉੱਤੇ ਉਹਨਾਂ ਨੇ ਲੰਗਰ ਲਾਤਾ ਵੀ ਜੋ ਰਾਈ ਪਾਂਦੀ ਨੰਗੂਗਾ ਇਥੋਂ ਦੀ ਲੰਗਰ ਛਕੀ ਜਾਊਗਾ ਜੀ ਹਾਂ ਲੰਗਰ ਚੱਲਦਾ ਰਿਹਾ 6-7 ਮਹੀਨੇ ਸਾਲ ਲੰਗਰ ਜਣੀ ਚੱਲਿਆ ਪੈਸਾ ਤਾਂ ਇੰਨਾ ਆ ਗਿਆ ਕੋਈ ਅੰਤ ਹੀ ਨਹੀਂ ਸੀਗਾ ਪਰ ਇੱਕ ਦਿਨ ਉਹਨਾਂ ਦਾ ਖਿਆਲ ਆਇਆ ਵੀ ਆਪਾਂ ਦਾਨ ਪੁੰਨ ਤਾਂ ਬਹੁਤ ਕਰ ਲਿਆ ਤੇ ਆਪਾਂ ਕੋਈ ਤੀਰਥ ਯਾਤਰਾ ਵੀ ਕਰਕੇ ਆਈਏ ਜੀ ਤੇ ਉਹ ਜੀਵਿੰਦਾਰ ਨੂੰ ਕਹਿੰਦੇ ਬਾਈ ਜੀ ਅਸੀਂ ਇਸ ਤਰ੍ਹਾਂ ਕਰਕੇ ਤੀਰਥ ਯਾਤਰਾ ਕਰਕੇ ਆਉਣੇ ਉਹ ਕਹਿੰਦਾ ਵੀ ਤੀਰਥ ਯਾਤਰਾ ਤੁਸੀਂ ਕਰਿਓ ਮੈਂ ਨਹੀਂ ਰੋਕਦਾ ਤੁਹਾਨੂੰ ਜਿੱਥੇ ਤੁਹਾਡੀ ਮਰਜ਼ੀ ਆ ਜਾਓ ਪਰ ਤੁਸੀਂ ਆਉਣਾ ਇੱਥੇ ਹੀ ਆ ਮੁੜ ਕੇ ਤੀਰਥ ਯਾਤਰਾ ਕਰਕੇ ਜੀ ਉਹ ਕੰਦੇ ਠੀਕ ਆ ਜਾਣਗੇ ਚਲੋ ਜੀ ਉਹ ਤੀਰਥ ਇੱਧਰ ਜਾਂਦੇ ਕਰਦੇ ਇੱਧਰ ਉੱਧਰ ਵਹਿੰਦੇ ਕਈ ਤੀਰਥ ਜਾਂਦੇ ਜਾਂਦੇ ਗੰਗਾ ਪਹੁੰਚ ਗਏ ਗੰਗਾ ਇਸ਼ਨਾਨ ਪਾਣੀ ਕੀਤਾ ਮਨ ਚ ਸ਼ਰਧਾ ਸੀਗੀ ਪੰਡਤ ਨੂੰ ਪੁੱਛਣ ਲੱਗੇ ਵੀ ਪੰਡਤ ਜੀ ਕਿਹੜੀ ਚੀਜ਼ ਦਾਨ ਕਰਨ ਦੇ ਨਾਲ ਸਾਨੂੰ ਜਾਦੇ ਫਲ ਹੈ ਕਿਹੜੀ ਚੀਜ਼ ਦਾਨ ਕਰਨੀ ਸਾਨੂੰ ਕਦੋਂ ਮਿਲਦੀ ਹੈ ਕਿਵੇਂ ਮਿਲਦੀ ਹੈ ਸਾਨੂੰ ਦੱਸੋ ਵੀ ਸਾਨੂੰ ਦਾਨ ਤਾਂ ਕਰਨਾ ਕਰ ਸਕਦੇ ਪਰ ਸਾਨੂੰ ਇਹਦਾ ਫਲ ਦੱਸੋ ਵੀ ਕਿਵੇਂ ਜਿਆਦੇ ਆ ਜੀ ਪੰਡਤ ਕਹਿੰਦਾ ਵੀ ਜਿਹੜਾ ਦਾਨ ਕਰੋਗੇ ਉਹਦਾ ਫਲ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਧਨ ਕਰੋਗੇ ਧਨ ਮਿਲੂਗਾ ਜੀ ਪ੍ਰਸ਼ਾਦਿਆਂ ਦਾ ਕਰੋਗੇ ਪ੍ਰਸ਼ਾਦੇ ਮਿਲਣਗੇ ਸੋਨਾ ਕਰੋਗੇ ਤਾਂ ਸੋਨਾ ਮਿਲੂਗਾ ਪਰ ਜੇ ਤੂੰ ਆਪਦੀ ਇਸਤਰੀ ਦਾਨ ਕਰ ਦੇਵੇਂ ਘਰ ਵਾਲੀ ਨੂੰ ਦਾਨ ਕਰ ਦੇਵੇਂ ਤੇ ਉਸ ਤੋਂ ਬਾਅਦ ਤੂੰ ਮੁੱਲ ਖਰੀਦ ਲਈ ਐਸ ਜਨਮ 'ਚ ਵੀ ਤੇਰੀ ਤੇ ਅਗਲੇ ਜਨਮ 'ਚ ਵੀ ਤੇਰੀ ਉਹ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਜਦੋਂ ਹਮਨ ਹਮਨ ਕਰਨ ਲੱਗੇ ਕਰ ਕਰਾ ਕੇ ਤੇ ਵਿੱਚ ਵੇਰਵਾ ਪਾ ਲਿਆ ਵੀ ਇਹਨੇ ਇਸਤਰੀ ਦਾਨ ਕੀਤੀ। ਅੱਛਾ ਜੀ। ਤੇ ਗੱਲ ਹੋ ਗਈ ਵੀ ਠੀਕ ਆ ਵੀ ਦਾਨ ਕਰਤੀ ਵੀ ਕਿੰਨਾ ਹਾਂ ਵੀ ਦਾਨ ਕਰਤੀ ਵੀ। ਠੀਕ ਆ ਵੀ। ਉਸ ਤੋਂ ਬਾਅਦ ਜਦੋਂ ਉਹਦੀ ਹਮਨ ਦੀ ਸਮਾਪਤੀ ਹੋਈ ਤਾਂ ਉਹਨੂੰ ਪੁੱਛਣ ਲੱਗਾ ਹਾਂ ਪੰਡਤ ਜੀ ਦੱਸੋ ਕਿੰਨੇ ਪੈਸੇ। ਵੀ ਮੈਂ ਹੁਣ ਮੁੱਲ ਖਰੀਦਣੀ ਹੈ। ਹੁਣ ਪੰਡਤ ਬੇਈਮਾਨ ਹੋ ਗਿਆ ਉੱਥੇ। ਅੱਛਾ ਜੀ। ਕਹਿੰਦਾ ਇਹ ਤਾਂ দান ਦਿੱਤੀ ਚੀਜ਼ ਐ ਜਿਹੜੀ ਵੀ ਮੁੱਲ ਦਿੰਦੇ ਹੀ ਨਹੀਂ দান ਕਰਤੀ ਐ ਤੂੰ ਲੈ ਨਹੀਂ ਸਕਦਾ ਸਾਥੋਂ ਉਹ ਬਥੇਰਾ ਆਖੇ ਪੰਡਤ ਜੀ ਜਿੰਨੇ ਮਰਜ਼ੀ ਪੈਸੇ ਲੈ ਲਓ ਤੁਸੀਂ ਤੇ ਤੁਸੀਂ ਬੇਈਮਾਨਾ ਹੋ ਤੁਸੀਂ ਤੇ ਜਿੰਨੇ ਮਰਜ਼ੀ ਲਓ ਪੈਸੇ ਕਹਿੰਦਾ ਨਹੀਂ ਜੀ ਮੈਂ ਤਾਂ দান ਦਿੱਤੀ ਚੀਜ਼ ਕਹਿੰਦਾ ਮੈਂ ਤਾਂ ਵੇਚਣੀ ਨਹੀਂ ਨਹੀਂ ਤੁਸੀਂ ਲੈ ਸਕਦੇ ਆ ਉਹ ਤੋਂ ਦਰਾਸਾ ਜਾ ਹੋ ਕੇ ਤੇ ਮੁੜਿਆ ਆ ਵੀ ਮੇਰਾ ਜੋਰ ਹੀ ਨਹੀਂ ਕਿ ਜਦੋਂ ਮੈਂ ਕਹਿ ਹੀ ਦਿੱਤਾ ਵੀ দান ਕੀਤੀ ਐ ਜੀ ਪਰ ਉਹਦੀ ਜਿਹੜੇ ਘਰ ਵਾਲੀ ਸੀ ਨਾ ਉਹਦੀ ਬੰਦਗੀ ਬਹੁਤ ਸੀ ਜੀ ਪਰਮਾਤਮਾ ਦੀ ਬੰਦਗੀ ਬਹੁਤ ਸੀ ਤਾਂ ਹੀ ਉਹਦੇ ਤੇ ਸਾਧੂ ਮਹਤਮਾ ਵਾਲੇ ਖਿਆਲ ਉਪਜੇ ਨਾ ਵੀ ਇਹਨੂੰ ਭੋਜਨ ਚਕਾਉਣਾ ਚਾਹੀਦਾ ਹੈ ਬਿਲਕੁਲ ਤਾਂ ਦੀਨਤਾ ਨਿਮਰਤਾ ਉਹਦੇ ਵਿੱਚ ਬਹੁਤ ਸੀ ਉਹਨੇ ਆਖਿਆ ਚਲੋ ਕੋਈ ਗੱਲ ਨਹੀਂ ਘਰੇ ਪੰਡਤ ਦੇ ਜਦੋਂ ਪੰਡਤ ਨੂੰ ਲੈ ਕੇ ਗਿਆ ਤੇ ਬੰਦਗੀ ਤੇ ਬੈਠ ਗਈ ਪਰਮਾਤਮਾ ਨੂੰ ਯਾਦ ਕਰੀ ਜਾਂਦੀ ਐ ਹੁਣ ਉਹ ਪੰਡਤ ਸੋਚਦਾ ਵੀ ਆਪਾਂ ਉਹਨੇ ਦਾਨ ਦਿੱਤੀ ਆ ਤੇ ਆਪਾਂ ਦਾਨ ਲਈਏ ਦਾਨ ਦਿੱਤੇ ਚੀਜ਼ ਤਾਂ ਹੱਕ ਤਾਂ ਆਪਣਾ ਹੀ ਐ ਜਦੋਂ ਮਤਲਬ ਉਸਦੇ ਨੇੜੇ ਹੋਇਆ ਨਾ ਉਹਨੇ ਆਖਿਆ ਵੀ ਮੈਂ ਕੋਈ ਬਾਹੂ ਫੜਦਾ ਤਾਂ ਉਹਦੀ ਪ੍ਰਮਾਤਮਾ ਦੀ ਬੰਦਗੀ ਇੰਨੀ ਸੀ ਵੀ ਉਹ ਸਣੇ ਦੇ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਸਰੀਰ ਹੀ ਨਹੀਂ ਦਿਸਿਆ ਉੱਥੇ ਅੱਛਾ ਅਲੋਪ ਹੋ ਗਈ ਉੱਥੋਂ ਹੁਣ ਜਿਵੇਂ ਉਹ ਪ੍ਰਾਣੀ ਘਾਵਤ ਨੇ ਇੱਕ ਦੋ ਵਿਦ੍ਹਾਵੇਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਉਨੇ ਕਹਿ ਵੀ ਮੈਂ ਤਾਂ ਚੰਗਾ ਤੇ ਵਿੱਦਾ ਵਿੱਚ ਫਸਿਆ ਵੀ ਨਾ ਮਾਇਆ ਵੀ ਮੇ ਜੇ ਮੈਂ ਉਹ ਮੈਨੂੰ ਮੁੱਲ ਵੇਚਦਾ ਤੇ ਮੈਨੂੰ ਪੈਸੇ ਮਿਲਨੇ ਸੀਗੇ ਤੇ ਹੁਣ ਉਹ ਇਸਤਰੀ ਵੀ ਨਹੀਂ ਮਿਲੀ ਤੇ ਪੈਸਾ ਵੀ ਨਹੀਂ ਮਿਲਿਆ ਗਿਆ ਵੀ ਗਈ ਤੇ ਪੈਸਾ